ਹਾਂਜੀ ਅਸੀਂ ਅੱਜ ਫਿਰ ਅੱਜ 12 ਤਰੀਕ ਐ 10ਵੇਂ ਮਹੀਨੇ ਦੀ ਇਹ ਉਸੇ ਜਗ੍ਹਾ ਤੇ ਦੁਬਾਰਾ ਤੋਂ ਪਹੁੰਚੇ ਆ ਜਿੱਥੇ ਕੱਲ ਦੀ ਵੀਡੀਓ ਤੁਹਾਡਾ ਨਾਲ ਸਾਂਝੀ ਕੀਤੀ ਅੱਜ ਵੀ ਪੂਰੀ ਲਗਾਤਾਰ ਉੱਥੇ ਮਾਈਨਿੰਗ ਜਾ ਰਹੀ ਹੈ ਹੈ ਕਿਸੇ ਨੂੰ ਸ਼ਰਮ ਜਾਂ ਕੋਈ ਕਿਸੇ ਨੂੰ ਡਰ ਇਹ ਮਾਈਨਿੰਗ ਲਗਾਤਾਰ ਇਸੇ ਤਰੀਕੇ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਬਿਨਾ ਬੇਰੋ ਟੋਕ ਇਹ ਐਗਰੀਕਲਚਰ ਵਾਲੇ ਖੇਤਾਂ ਨੂੰ ਲਗਾਤਾਰ ਬਰਬਾਦ ਕਰ ਰਹੇ ਆ ਇਹ ਬਿਲਕੁਲ ਸਮਤਲ ਖੇਤ ਸੀ ਜਿੱਥੇ ਇਹਨਾਂ ਨੇ ਮਾਈਨਿੰਗ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਕਿੱਦਾਂ ਦਾ ਖੱਡਾ ਬਣਾ ਦਿੱਤਾ ਇਹ ਬੋਰ ਹੈ ਇਹਦੇ ਲਈ ਸਪੈਸ਼ਲ ਬਿਜਲੀ ਦਾ ਪ੍ਰਬੰਧ ਕਰਕੇ ਲੱਖਾਂ ਰੁਪਏ ਖਰਚ ਕਰਕੇ ਇਰੀਗੇਸ਼ਨ ਦੇ ਲਈ ਤਿਆਰ ਹੋਇਆ ਮਾਈਨਿੰਗ ਮਾਫੀਆ ਨੇ ਅੱਜ ਇਸ ਖੇਤ ਦਾ ਹਾਲ ਕੀ ਬਣਾ ਦਿੱਤਾ ਤੁਸੀਂ ਆਪ ਦੇਖ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕੀ ਕਹਿਣਗੇ ਮਾਈਨਿੰਗ ਅਫਸਰ ਜਾਂ ਇਹ ਸਾਰਾ ਕਾਰੋਬਾਰ ਚਲਾਉਣ ਵਾਲੇ ਕ੍ਰੈਸ਼ਰ ਮਾਫੀਆ ਵੀ ਇਹ ਕੀ ਕਰ ਕੀ ਸਾਬਤ ਕਰ ਰਹੇ ਨੇ ਤੁਸੀਂ ਦੂਰ ਦੂਰ ਦਾ ਸਕਦੇ ਹੋ ਜਿੰਨੀਆਂ ਵੀ ਇਹ ਇਰੀਗੇਸ਼ਨ ਦੇ ਲਈ ਜ਼ਮੀਨ ਦੋਜ਼ ਪਾਈਪਾਂ ਪੱਟੀਆਂ ਹੋਈਆਂ ਆ ਖੰਬੇ ਪੱਟੇ ਹੋਏ ਆ ਤੇ ਇਹ ਇਸ ਪ੍ਰਕਾਰ ਦੇ ਨਾਲ ਇਲਾਕੇ ਦਾ ਇਹ ਹਾਲਤ ਬਣਾ ਕੀ ਰਿਹਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਦਾ ਹਾਜੀਪੁਰ ਬਲੋਕ ਦੇ ਪਿੰਡਾਂ ਦੀ ਕਹਾਣੀ ਹੈ ਲਗਭਗ ਇੰਦਾ ਦੇ ਸੈਂਕੜੇ ਹੀ ਤعداد ਦੇ ਏਕੜ ਜ਼ਮੀਨ ਇਹਨਾਂ ਨੇ ਬਰਬਾਦ ਕਰ ਦਿੱਤੀ। ਇਹ ਰੋਜ਼ ਹੀ ਇਸੇ ਕਦਰ ਦੇ ਨਾਲ ਇਹ ਕੰਮ ਚੱਲਿਆ ਹੋਇਆ ਏ। ਜੇ ਇੰਦਾ ਹੀ ਚੱਲਿਆ ਰਿਹਾ ਤੇ ਸ਼ਾਇਦ ਸਾਡਾ ਇਲਾਕਾ ਸ਼ਾਇਦ ਇਹ ਸਾਡਾ ਇਲਾਕਾ ਬੱਸ ਸਕਦਾ ਹੈ। ਪ੍ਰਸ਼ਾਸਨ ਅੱਖਾਂ ਮੁੰਦ ਕੇ ਬੈਠਾ ਹੋਇਆ ਹੈ ਇੱਥੋਂ ਦਾ ਪ੍ਰਸ਼ਾਸਨ ਕੋਈ ਵੀ ਇਹਦੇ ਤੇ ਕਾਰਵਾਈ ਕਰਨ ਤੋਂ ਕੰਨੀ ਕਤਰਾਂਦਾ ਹੈ ਇਹ ਹੈ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਦਾ ਜਿਹੜਾ ਦੌਰ ਲਗਾਤਾਰ ਸਾਡੇ ਸਾਹਮਣੇ ਹੈ ਇਹ ਤਸਵੀਰਾਂ ਤੁਹਾਨੂੰ ਬਿਲਕੁਲ ਗਰਾਊਂਡ ਜ਼ੀਰੋ ਤੋਂ ਪਿੰਡ ਨਸ਼ਹਿਰਾ ਸ਼ਿਮਰੀ ਦੀ ਜ਼ਮੀਨ ਤੋਂ ਦਿਖਾ ਰਹੇ ਹਾਂ ਅਸੀਂ ਜਿਹੜੀ ਮੁਕੇਰੀਆਂ ਤੋਂ ਲਗਭਗ 7-8 ਕਿਲੋਮੀਟਰ ਹੈ ਤੇ ਹਾਜੀਪੁਰੇ ਤੋਂ ਸਿਰਫ 4-5 ਕਿਲੋਮੀਟਰ ਹੈ ਦੋ ਥਾਣੇ ਪੈਂਦੇ ਆ ਇੱਥੇ ਕਈ ਅਧਿਕਾਰੀ ਜਿਹੜੀ ਲੱਖਾਂ ਰੁਪਏ ਇੱਥੋਂ ਸੈਲਰੀ ਲੈ ਰਹੇ ਆ ਸਾਰੇ ਇਲਾਕੇ ਨੂੰ ਬਚਾਉਣ ਦੇ ਲਈ ਜਿਹੜਾ ਐਸਡੀਐਮ ਜਿਹਦੀ ਜ਼ਿੰਮੇਵਾਰੀ ਹੈ ਇਹਨੂੰ ਦੇਖਣਾ ਹੈ ਇਹ ਰੈਵਨਿਊ ਦੀ ਸਹੀ ਸੰਭਾਲ ਕਰਨੀ ਹੈ ਉਹ ਐਸਡੀਐਮ ਚੁੱਪ ਬੈਠਾ ਹੈ ਕੀ ਕਰ ਰਹੇ ਨੇ ਇਹ ਬੰਦ ਕਮਰਿਆਂ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਇਹ ਮਾਈਨਿੰਗ ਜਾਰੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੰਜਾਬ ਦੀ ਇਹ ਧਰਤੀ ਨੂੰ ਬਚਾਇਆ ਜਾ ਸਕੇ ਇਹ ਅੰਨੇ ਮੁਨਾਫਿਆਂ ਦੇ ਨਾਂ ਦੇ ਉੱਪਰ ਸਾਡੀ ਧਰਤੀ ਨੂੰ ਕਿੱਦਾਂ ਉਜਾੜਿਆ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਧੰਨਵਾਦ ਸਤਿ ਆਂ